ਹਾਂਜੀ ਫਰੈਂਡਸ ਵੈਲਕਮ ਟੂ ਇਨਫੋ ਬਟਲ ਗੋਮੇ ਜੋਬਸ ਗੱਲ ਕਰਾਂਗੇ ਏਡੀਸੀ ਆਫਿਸ ਰੂਪਨਗਰ ਵਿਖੇ ਨਿਕਲੀ ਹੋਈਆਂ ਪੋਸਟਸ ਬਾਰੇ ਕਿਹੜੀਆਂ ਪੋਸਟਸ ਨੇ ਕਿੰਨੀਆਂ ਪੋਸਟਸ ਨੇ ਸਾਰੀ ਜਾਣਕਾਰੀ ਦਵਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਬਨੇ ਰਹੋਗੇ ਚੈਨਲ ਉੱਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਟਾਰਟ ਕਰਦੇ ਹਾਂ ਵੀਡੀਓ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਤਹਿਤ ਬਲੌਗ ਪ੍ਰੋਗਰਾਮਰ ਦੀਆਂ ਦੋ ਕਲਸਟਰ ਕੋਆਰਡੀਨੇਟਰ ਦੀਆਂ ਤਿੰਨ ਅਤੇ ਐਮ ਆਈ ਐਸ ਦੀ ਇੱਕ ਅਸਾਮੀ ਲਈ ਯੋਗ ਵਿਦੇਪਤਾਂ ਦੀ ਮੰਗ ਕੀਤੀ ਜਾਂਦੀ ਹੈ ਮਤਲਬ ਕਿ ਜਿਹੜਾ ਪਰਫਾਰਮਾ نیچے ਅੱਗੇ ਵੀਡੀਓ ਚ ਦੇਖਾਂਗੇ ਆਪਾਂ ਪਹਿਲਾਂ ਇਹ ਗੱਲਾਂ ਦੇਖ ਲਈਏ ਪਰਫਾਰਮਾ ਦਿੱਤਾ ਹੋਇਆ ਠੀਕ ਹੈ ਜੀ ਵੈਬਸਾਈਟ ਦਾ ਲਿੰਕ ਹੈ ਜਿਹੜਾ rupnagar.nic.in ਹੈ ਅਗਰ ਕੋਈ ਵੀ ਸੋਧ ਹੁੰਦੀ ਹੈ ਤਾਂ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ ਠੀਕ ਹੈ ਜੀ 21 12 2020 ਸ਼ਾਮ 5 ਵਜੇ ਤੱਕ ਜਿਹੜੀਆਂ ਇਹ ਪੋਸਟਾਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਬਾਈ ਪੋਸਟਰ ਜਾਂ ਬਾਈ ਹੈਡ ਤੁਸੀਂ ਜਮਾ ਕਰਾ ਸਕਦੇ ਹੋ ਯਾਦ ਰੱਖਿਓ ਲਾਸਟ ਡੇਟ 21/12/2020 ਹੈ ਅਧੂਰੇ ਬਿਨੇ ਪੱਤਰ ਹੈ ਜਿਹੜੇ ਸਵੀਕਾਰ ਨਹੀਂ ਕੀਤੇ ਜਾਣਗੇ ਇੱਕ ਗੱਲ ਹੋਰ ਧਿਆਨ ਵਿੱਚ ਰੱਖ ਲਓ ਜੀ ਜੇ ਕਿਹੜੇ ਜਿਹੜੇ ਸ਼ਾਰਟ ਲਿਸਟ ਉਮੀਦਵਾਰ ਹੋਣਗੇ ਨਾ ਉਹਨਾਂ ਨੂੰ ਹੀ ਰਿਟਰਨ ਟੈਸਟ ਤੇ ਇੰਟਰਵਿਊ ਲਈ ਬੁਲਾਇਆ ਜਾਇਆਗਾ ਮਤਲਬ ਕਿ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਲਈ ਉਹਨਾਂ ਨੂੰ ਹੀ ਬੁਲਾਇਆ ਜਾਇਆਗਾ ਜਿਹੜੇ ਸ਼ਾਰਟਲਿਸਟ ਹੋਣਗੇ ਮਤਲਬ ਕਿ ਤੁਸੀਂ ਅਪਲਾਈ ਕਰੋ ਅਪਲਾਈ ਕਰਨ ਤੋਂ ਬਾਅਦ ਅਗਰ ਤੁਸੀਂ ਸ਼ਾਰਟਲਿਸਟ ਹੁੰਦੇ ਹੋ ਤਾਂ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਲਈ ਤੁਸੀਂ ਜਾ ਸਕੋਗੇ ਜੀ ਜ਼ਿਆਦਾ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ ਬੈਲ ਆਈਕਨ ਪ੍ਰੈਸ ਕਰਕੇ ਰੱਖਿਓ ਕੋਈ ਵੀ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਤੇ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਪਾਵਾਂਗੇ ਜੀ ਗੱਲ ਕਰ ਲੈਨੇ ਆ ਪੋਸਟ ਦੀ ਠੀਕ ਹੈ ਜੀ ਬਲਗ ਪ੍ਰੋਗਰਾਮ ਮੈਨੇਜਰ ਦੀ ਜਨਰਲ ਦੀ ਕੇ ਬੀ ਸੀ ਦੀ ਕੇ ਕਵਾਲੀਫਿਕੇਸ਼ਨਸ ਕੀ ਰਹਿਣਗੇ ਹੋਣਗੀਆਂ ਕੁਆਲਿਫਿਕੇਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇਨ ਐਨੀ ਸਟਰੀਮ ਚ ਕਿਸੇ ਮਰਜ਼ੀ ਸਟਰੀਮ ਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਹੈ ਪ੍ਰੇਫਰ ਉਹਨਾਂ ਨੂੰ ਦਿੱਤਾ ਹੋਊਗਾ ਜਿਨ੍ਹਾਂ ਨੇ ਰੂਰਲ ਡਿਵੈਲਪਮੈਂਟ ਜਬ ਮੈਨੇਜਮੈਂਟ ਜਬ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਬ ਐਗਰੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਜਬ ਸੋਸ਼ਲ ਵਰਕ ਜਬ ਐਗਰੀਕਲਚਰ ਅਲਾਈਂਡ ਡਿਸਪਲਿਨ ਲਾਈਕ ਹਾਰਟੀਕਲਚਰ ਫਲੋਰੀਕਲਚਰ ਐਟ ਸਟਰਾ ਵੈਟਰਨਰੀ ਸਾਇੰਸ ਐਂਡ ਅਲਾਈਂਡ ਸਕਿਲ ਡਿਸਪਲਿਨਸ ਲਾਈਕ ਡੈਰਿੰਗ ਪੋਲਟਰੀ ਸ਼ਿਪ ਬਰੀਡਿੰਗ ਪਿਗਰੀ ਐਟਸੈਟਰਾ ਵਿਦ ਫਸਟ ਡਿਵੀਜ਼ਨ ਮਤਲਬ ਕਿ ਪਹਿਲੀ ਡਿਵੀਜ਼ਨ ਨਾਲ ਜਿਨ੍ਹਾਂ ਨੇ ਇਹਨਾਂ ਚੋਂ ਕਿਸੇ ਇੱਕ ਵਿੱਚ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇਗੀ ਉਸ ਤੋਂ ਬਾਅਦ ਉਹਦੇ ਕੋਲੇ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਹੋਣਾ ਚਾਹੀਦਾ ਹੈ ਜੀ ਪੋਸਟ ਕੁਆਲੀਫਿਕੇਸ਼ਨ ਕਿਹਾ ਉਹਨਾਂ ਨੇ 2 ਸਾਲ ਦਾ ਉਹਦੇ ਵਿੱਚ ਕੀ ਆ ਜਾਊਗਾ ਕਮਿਊਨਿਟੀ ਨਾਲ ਕੰਮ ਕਰਨਾ ਉਹਦੀ ਫੈਡਰੇਸ਼ਨਸ ਨਾਲ ਕੰਮ ਕਰਨਾ ਜਾਂ ਪ੍ਰੋਡਿਊਸਰ ਗਰੁੱਪਸ ਨਾਲ ਕੰਮ ਕਰਨਾ ਲਾਈਵਲੀਹੂਡ ਇਸ਼ੂ ਤੇ ਜਿਹੜਾ ਪਰਸਨ ਹੈ ਉਹਦੇ ਕੋਲ ਟੈਕਨੀਕਲ ਅਤੇ ਫਾਈਨੈਂਸ਼ੀਅਲ ਅਪਰੇਜ਼ਲ ਅਤੇ ਇੰਪਲੀਮੈਂਟੇਸ਼ਨ ਆਫ ਲਾਈਵਲੀਹੂਡ ਪ੍ਰੋਜੈਕਟ ਕਰਨ ਦੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਮੁਹਾਰਤ ਹੋਣੀ ਚਾਹੀਦੀ ਹੈ ਉਹਦੇ ਕੋਲ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਦਾ ਜੇ ਤਜਰਬਾ ਹੋਊਗਾ ਤਾਂ ਉਹਨੂੰ ਵੱਧ ਵੇਟੇਜ ਦਿੱਤੀ ਜਾਊਗੀ ਜੀ ਕੈਂਡੀਡੇਟਸ ਹੈ ਜਿਹੜੇ ਸ਼ੁੱਡ ਹੈਵ ਪਾਸਡ ਪੰਜਾਬੀ ਐਟ میٹرਿਕ ਲੈਵਲ 10ਵੀਂ ਪੱਧਰ ਤੱਕ ਦੀ ਪੰਜਾਬੀ ਉਹਨਾਂ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ 25000 ਰੁਪਿਆ ਤਨਖਾਹ ਹੋਏਗੀ ਜੀ ਇਹਦੀ ਡਾਇਰੈਕਟ ਰਿਕਰੂਟਮੈਂਟ ਹੈ ਜੀ ਉਸ ਤੋਂ ਬਾਅਦ ਬਲੌਕ ਐਮ ਆਈ ਐਸ ਮੈਨੇਜਰ ਦੀ ਗੱਲ ਕਰ ਲੈਣੇ ਆ ਬੀ ਸੀ ਐ ਜਾਂ ਐਮ ਸੀ ਐ ਕੀਤੀ ਹੋਣੀ ਚਾਹੀਦੀ ਹੈ ਜਾਂ ਬੀ ای ਆਈਟੀ ਜਾਂ ਸੀ ਐਸ ਕੰਪਿਊਟਰ ਸਾਇੰਸ ਕੀਤੀ ਹੋਣੀ ਚਾਹੀਦੀ ਹੈ ਗ੍ਰੈਜੂਏਟ ਕਮਰਸ ਗ੍ਰੈਜੂਏਟ ਹੋਵੇ ਜਾਂ ਔਰ ਪ੍ਰੈਸ ਪੋਸਟ ਗ੍ਰੈਜੂਏਟ ਹੋਵੇ ਜਾਂ ਵਿਦ ਪੀ ਜੀ ਡੀ ਸੀ ਪੋਸਟ ਗ੍ਰੈਜੂਏਟ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਦਾ ਹਾਈ ਕੰਪਿਊਟਰ ਸਕਿਲਸ ਦੇ ਨਾਲ ਹੋਣਾ ਚਾਹੀਦਾ 30 ਵਰਡ ਪਰ ਮਿੰਟ ਦੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ ਉਹਦੀ ਇੰਗਲਿਸ਼ ਅਗੇ ਪੰਜਾਬੀ ਦੀ ਅੱਗੇ ਗੱਲ ਕਰਾਂਗੇ ਰਵੀ ਫੌਂਡ ਜਾਂ ਸੀਸ ਫੌਂਡ ਦੀ ਵੈਸੇ ਇਹਨਾਂ ਨੇ ਕਿਤੇ ਮੈਂਸ਼ਨ ਨਹੀਂ ਕੀਤਾ ਨੀਚੇ ਦੇਖਦੇ ਆ ਜੇ ਮੈਂਸ਼ਨ ਕੀਤਾ ਹੋਊਗਾ ਆਈਟੀ ਗ੍ਰੈਜੂਏਟ ਆਊਟ ਆਫ ਸਿੰਪਲ ਗ੍ਰੈਜੂਏਸ਼ਨ অর ਪੋਸਟ ਗ੍ਰੈਜੂਏਸ਼ਨ ਮੇਬੀ 4% ਫੋਰ ਪ੍ਰਫਰੈਂਸ ਫੋਰ ਸਿਲੈਕਸ਼ਨ ਮਤਲਬ ਕਿ ਅਗਰ ਕੋਈ ਸਿੰਪਲ ਗ੍ਰੈਜੂਏਟ ਆ ਉਹਦੀ ਬਜਾਏ ਆਈਟੀ ਗ੍ਰੈਜੂਏਟ ਤਾਂ ਉਹਨੂੰ ਪ੍ਰਫਰੈਂਸ ਦਿੱਤੀ ਜਾਵੇਗੀ ਜੀ ਜਿਵੇਂ ਬੀਸੀਐਮਸੀ ਵਾਲੇ ਨੇ 3 ਸਾਲ ਦਾ ਉਹਦੇ ਕੋਲੇ ਤਜਰਬਾ ਹੋਣਾ ਚਾਹੀਦਾ ਹੈਗਾ ਐਮਆਈਐਸ ਤੇ ਡਾਟਾ ਅਪਲੋਡਿੰਗ ਦਾ ਡਿਵੈਲਪਮੈਂਟ ਪ੍ਰੋਜੈਕਟ ਚ ਬੀਡ ਐਕਸਪੀਰੀਅੰਸ ਆਫ ਵਰਕਿੰਗ ਗਵਰਨਮੈਂਟ ਪ੍ਰੋਜੈਕਟਸ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਓਦੀ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ ਕੰਪਿਊਟਰ ਚ ਮਾਈਕਰੋਸਾਫਟ ਆਫਿਸ ਵਰਡ ਪਾਵਰਪੁਆਇੰਟ ਐਕਸਲ ਸਾਰਾ ਕੁਝ ਉਹਨੂੰ ਆਉਣਾ ਚਾਹੀਦਾ ਹੈ ਕੈਂਡੀਡੇਟ ਹੈ ਜਿਹਨੇ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਕੀਤੀ ਹੈ ਠੀਕ ਹੈ ਉਹਦੇ ਲਈ ਪੰਜਾਬੀ ਟਾਈਪਿੰਗ ਇਜ਼ ਕੰਪਲਸਰੀ ਹੈ ਰਾਵੀ ਜਾਂ ਸੀਸ ਫੌਂਟ ਚ ਕਿਸੇ ਜੋ ਮਰਜ਼ੀ ਕਰ ਸਕਦੇ ਹੋ ਬਟ ਪ੍ਰੇਫਰੈਂਸ ਵਿਲ ਬੀ 기ਵਨ ਦੋਜ਼ ਕੈਂਡੀਡੇਟਸ ਹੋਰ ਕਨ ਟਾਈਪ ਇ ਗੁੱਡ ਸਪੀਡ ਇਨ ਇੰਗਲਿਸ਼ ਪਹਿਲਾ ਇੰਗਲਿਸ਼ ਦਾ ਟੈਸਟ ਹੋਊਗਾ ਜੀ ਇੰਗਲਿਸ਼ ਟੈਸਟ ਜਿਹੜਾ ਵਧੀਆ ਟਾਈਪ ਕਰੂਗਾ ਠੀਕ ਹੈ ਉਹਨੂੰ ਪੰਜਾਬੀ ਟੈਸਟ ਲਈ ਬੁਲਾਇਆ ਜਾਊਗਾ ਮਤਲਬ ਕਿ ਬਾਕੀ ਇਹਨਾਂ ਨੇ ਦਿੱਤਾ ਨਹੀਂ ਹਜੇ ਪੂਰਾ ਵੀ ਜਿਹਦੀ ਇੰਗਲਿਸ਼ ਸਪੀਡ ਵਧੀਆ ਉਹਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਠੀਕ ਹੈ ਗੱਲ ਕਰ ਲੈਨੇ ਕਲਸਟਰ ਕੋਆਰਡੀਨੇਟਰ ਦੀ ਜਨਰਲ ਦੀਆਂ ਦੋ ਐਸ.ਏ ਦੀ ਇੱਕ ਟੋਟਲ ਤਿੰਨ ਪੋਸਟਾਂ ਨੇ ਇਹਦੀ ਸੈਲਰੀ 18000 ਪਰ ਮਹੀਨਾ ਰਹੇਗੀ ਡਾਇਰੈਕਟਰ ਰਿਕਰੂਟਮੈਂਟ ਹੈ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਕਿਸੇ ਵੀ ਸਟਰੀਮ ਚ ਉਹੀ ਗੱਲ ਹੈ ਜੇ ਕਿਸੇ ਨੇ ਰੂਰਲ ਡਵੈਲਪਮੈਂਟ ਜਾਂ ਐਗਰੀ ਮੈਨੇਜਮੈਂਟ ਜਾਂ ਸੋਸ਼ਲ ਸਾਇੰਸ ਚ ਕੀਤੀ ਹੈ ਇਹਨਾਂ ਚੋ ਕਿਸੇ ਇੱਕ ਵਿਸ਼ੇਸ ਕੀਤੀ ਹੈ ਤਾਂ ਉਹਨੂੰ ਪਹਿਲ ਦਿੱਤੀ ਜਾਵੇਗੀ ਪ੍ਰੈਫਰਬਲੀ ਕਹ ਹੈ ਨਾ ਪਹਿਲ ਦਿੱਤੀ ਜਾਊਗੀ ਐਕਸਪੀਰੀਅੰਸ ਹੈ ਜਿਹੜਾ ਇੱਕ ਤੋਂ 2 ਸਾਲ ਦਾ ਹੋਣਾ ਚਾਹੀਦਾ ਪੂਰ ਲੋਕਾਂ ਦੇ ਨਾਲ ਸੋਸ਼ਲ ਮੋਬਾਈਲਾਈਜੇਸ਼ਨ ਦੇ ਨਾਲ ਇੰਸਟੀਚੂਨ ਬਿਲਡਿੰਗ ਤੇ ਕਪੈਸਿਟੀ ਬਿਲਡਿੰਗ ਨਾਲ ਜਿਹੜੇ ਉਹ ਪ੍ਰੈਫਰ ਕੀਤੇ ਜਾਣਗੇ ਜਿਹੜਾ ਲੋਕਲ ਕੈਂਡੀਡੇਟ ਹੈ ਜੀ ਉਹਨੂੰ ਪਹਿਲ ਦਿੱਤੀ ਜਾਊਗੀ ਮਤਲਬ ਕਿ ਅਗਰ ਕੋਈ ਰੂਪ ਨਗਰ ਦਾ ਹੈ ਜਾਂ ਰੂਪ ਨਗਰ ਦੇ ਨੇੜੇ ਤੇੜੇ ਦਾ ਤਾਂ ਉਹਨੂੰ ਇਸ ਚੀਜ਼ ਦੀ ਪਹਿਲ ਦਿੱਤੀ ਜਾਊਗੀ MS Office PowerPoint Excel Word ਦੀ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ ਇੰਟਰਨੈਟ ਦੀ ਨੌਲੇਜ ਹੋਣੀ ਚਾਹੀਦੀ ਹੈ ਇਹ ਤਾਂ ਜ਼ਿਆਦਾਤਰ ਆਪਾਂ ਨੂੰ ਪਤਾ ਹੀ ਹੈ ਸਭ ਨੂੰ ਹੁੰਦੀ ਹੈ ਕੰਬੀਨੇਸ਼ਨ ਹੈ ਜਿਹੜਾ ਐਟਰੀਬਿਊਟਸ ਵਿਲ ਬੀ ਡਰਾਇਜੇਬਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਜੀ ਇਹ ਧਿਆਨ ਨਾਲ ਸੁਣ ਲਿਓ ਕਿ ਇਹਦੇ ਪੈਸ਼ਨ ਹੋਣਾ ਚਾਹੀਦਾ ਬੰਦੇ 'ਚ ਬੂਹਰ ਲੋਕਾਂ ਨਾਲ ਕੰਮ ਕਰਨ ਦਾ ਠੀਕ ਹੈ ਜੀ ਉਹਨਾਂ ਦੀਆਂ ਜੜ੍ਹਾਂ ਤੱਕ ਜਾ ਕੇ ਉਹਨਾਂ ਦੀਆਂ ਚੀਜ਼ਾਂ ਨੂੰ ਸਮਝਣ ਦਾ ਤੇ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਜਾਣਕਾਰ ਹੋਣ ਦਾ ਇਹ ਸਭ ਤੋਂ ਮੇਨ ਗੱਲ ਹੈ ਵੀ ਜਿਹੜਾ ਬੰਦਾ ਹੈ ਪੂਰੇ ਲੋਕਾਂ ਬਾਰੇ ਚੰਗੀ ਨੌਲੇਜ ਰੱਖਦਾ ਹੋਵੇ ਠੀਕ ਹੈ ਅਗਰ ਤੁਸੀਂ ਵਧੀਆ ਨੌਲੇਜ ਰੱਖਦੇ ਹੋ ਤਾਂ ਤੁਹਾਡੇ ਲਈ ਇਹ ਪੋਸਟ ਸਭ ਤੋਂ ਵਧੀਆ ਹੈ ਅਪਲਾਈ ਕਰ ਦਿਓ ਇਸ ਨੂੰ ਜਲਦ ਤੋਂ ਜਲਦ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਬੋਲਣ 'ਚ ਸਮਰਥ ਹੋਣਾ ਚਾਹੀਦਾ ਹੈ ਜੀ બસ ਇਹੀ ਚੀਜ਼ਾਂ ਨੇ ਹੁਣ ਅੱਗੇ ਹੋਰ ਜਿਹੜੀਆਂ ਮੇਨ ਗੱਲਾਂ ਨੇ ਉਹ ਆਪਾਂ ਗੱਲ ਕਰ ਲੈਨੇ ਆ 55 ਸਾਲ ਤੱਕ ਦੀ ਏਜ ਰਹੇਗੀ ਅਗਰ ਕੋਈ ਕੈਂਡੀਡੇਟ ਜਿਹੜਾ ਰਿਟਾਇਰ ਹੈ ਉਹ 60 ਸਾਲ ਤੋਂ ਬਾਅਦ ਉਹਦੀ ਏਜ ਨਹੀਂ ਹੋਣੀ ਚਾਹੀਦੀ ਦੁਬਾਰੇ ਫੇਰ ਇਹਨਾਂ ਨੇ ਡੇਟ ਕਿਹੀ ਹੈ ਵੀ 21 ਦਸੰਬਰ 2020 ਤੱਕ ਬਾਈ ਹੈਂਡ ਜਾਂ ਬਾਈ ਪੋਸਟ ਤੁਸੀਂ ਇਹ ਪੋਸਟਾਂ ਨੇ ਜਿਹੜੀਆਂ ਅ ਅਪਲਾਈ ਕਰਨੀਆਂ ਨੇ ਕਿੱਥੇ ਕਰਨੀਆਂ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਐਨਆਰਐਲਐਮ ਆਫਿਸ ਰੂਪਨਗਰ ਵਿਕੇ ਠੀਕ ਹੈ ਜੀ ਜ਼ਿਲ੍ਹਾ ਪ੍ਰੀਸ਼ਦ ਮੇਨਲੀ ਯਾਦ ਰੱਖ ਲਿਓ ਜਿਹੜਾ ਪਰਿਚਯਦ ADC ਆਫਿਸ ਰੂਪਨਗਰ ਦੁਬਾਰੇ ਫੇਰੇ ਕਿਹਾ ਵੀ ਉਹ ਵਾਲੇ ਕੈਂਡੀਡੇਟ ਨੇ ਜਿਹੜੇ ਉਹਨਾਂ ਨੂੰ ਇੰਟਰਵਿਊ ਦੇ ਟੈਸਟ ਲਈ ਬੁਲਾਇਆ ਜਾਊਗਾ ਸ਼ਾਰਟ ਲਿਸਟ ਕਰਨ ਤੋਂ ਬਾਅਦ ਟੈਸਟ ਦੀ ਡੇਟ ਅਤੇ ਜਿਹੜਾ ਇੰਟੀਮੇਟ ਆ ਉਹ ਬਾਅਦ ਚ ਕੀਤਾ ਜਾਊਗਾ ਕੋਈ ਗੱਲ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਜਦੋਂ ਵੀ ਕੋਈ ਇਹਦੀ ਨਾਲ ਰਿਲੇਟਡ ਵੀਡੀਓ ਆਉਂਦੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਪਾਵਾਂਗੇ ਪਰ ਬੈਲ ਆਈਕਨ ਪ੍ਰੈਸ ਕਰਕੇ ਰੱਖਿਓ ਵਾਰ-ਵਾਰ ਇਸ ਲਈ ਕਹਿੰਨੇ ਹੈ ਕਈ ਵਾਰੀ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਹੁੰਦਾ ਤਾਂ ਉਹ ਪੋਸਟ ਦੀ ਜਾਣਕਾਰੀ ਜਿਹੜੀ ਤੁਹਾਡੇ ਕੋਲ ਨਹੀਂ ਪਹੁੰਚੇਗੀ ਠੀਕ ਹੈ ਜੀ ਪੋਸਟਾਂ ਨੂੰ ਘਟੌਣ ਵਧਾਉਣ ਦਾ ਹੱਕ ਰਕਮ ਹੈ ਹੁਣ ਅੱਗੇ ਗੱਲ ਕਰਾਂਗੇ ਆਪਾਂ ਪਰਫਾਰਮੇ ਦੀ ਪਰਫਾਰਮਾ ਦੇਖ ਲਓ ਸਿੰਪਲ ਜਿਹਾ ਪਰਫਾਰਮਾ ਹੈ ਕੋਈ ਬ ਉਮੀਦਵਾਰ ਦਾ ਨਾਮ ਤੁਸੀਂ ਲਿਖੋਗੇ ਪਿਤਾ ਦਾ ਨਾਮ ਲਿਖੋਗੇ ਜਨਮ ਮਿਤੀ ਲਿਖੋਗੇ ਉਮਰ ਲਿਖੋਗੇ ਉਮਰ ਜੇ ਨਹੀਂ ਪਤਾ ਲੱਗਦੀ ਨਾ 1/12/2020 ਤੱਕ ਗਿਆ ਹੈ ਗੂਗਲ 'ਚ ਸਰਚ ਮਾਰਿਓ এজ ਕੈਲਕੂਲੇਟਰ এজ ਕੈਲਕੂਲੇਟਰ 'ਚ ਸਰਚ ਮਾਰ ਕੇ ਤੁਸੀਂ ਆਪਦੀ ਡੇਟ ਆਫ ਬਰਥ ਭਰੋਗੇ ਕਦੋਂ ਤੱਕ ਕੈਲਕੂਲੇਟ ਕਰਨੀ ਹੈ 1/12/2020 ਤੱਕ ਭਰੋਗੇ ਤਾਂ ਤੁਹਾਡੀ ਡੇਟ ਕਿੰਨੇ ਸਾਲ ਕਿੰਨੇ ਮਹੀਨੇ ਕਿ ਦਿਨ ਆ ਜਾਈਗੀ ਉਹ ਇੱਥੇ ਭਰ ਦਿਓ ਮੋਬਾਈਲ ਨੰਬਰ ਆ ਰਿਹਾ ਹੈ ਇਹਦਾ ਪਤਾ ਆ ਗਿਆ ਈਮੇਲ ਦਸਵੀਂ ਪੱਧਰ ਤੋਂ ਜਿਹੜੇ ਆਪਦੇ ਕੁਆਲੀਫਿਕੇਸ਼ਨ ਦੇ ਐਕਸਪੀਰੀਅੰਸ ਜਾਂ ਸਰਟੀਫਿਕੇਟ ਨੇ ਉਹ ਨਾਲ ਅਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇੱਕ ਗੱਲ ਹੋਰ ਯਾਦ ਰੱਖ ਲਿਓ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਜਿਸਨੇ ਵੀ ਡਿਗਰੀ ਕੀਤੀ ਹੈ ਨਾ ਆਪਣੇ ਗ੍ਰੇਡਸ ਦੇ ਨਾਲ ਉਹਦੀ ਯੂਨੀਵਰਸਿਟੀ ਦਾ ਜਿਹੜਾ ਵੀ ਫਾਰਮੂਲਾ ਹੋਊਗਾ ਗ੍ਰੇਡਸ ਦਾ ਉਹਦੀ ਫੋਟੋਕਾਪੀ ਜ਼ਰੂਰ ਨਾਲ ਲਾਓ ਭੁੱਲਿਓ ਨਾ ਇਹ ਚੀਜ਼ ਫੋਟੋਕਾਪੀ ਜ਼ਰੂਰ ਲਾਓ ਤਾਂ ਕਿ ਜਿਹੜੇ ਗ੍ਰੇਡਸ ਕੈਲਕੂਲੇਟ ਕਰਨੇ ਆ ਉਹ ਬਾਅਦ ਵਿੱਚ ਮੰਗ ਲੈਂਦੇ ਫਿਰ ਤੁਹਾਨੂੰ ਦਿੱਕਤ ਆਊਗੀ ਇਸ ਚੀਜ਼ ਦੀ ਪਹਿਲਾਂ ਹੀ ਜਿਹੜੀ ਗ੍ਰੇਡਸ ਦੀ ਕਾਪੀ ਆ ਨਾਲ ਲਾ ਦਿਓ ਚਾਹੇ ਇਹਨਾਂ ਨੇ ਕਿਹਾ ਨਹੀਂ ਲਾਉਣੀ ਜ਼ਰੂਰ ਹੈ ਆਪਾਂ ਆਵਦੀਆਂ ਜਿਹੜੀਆਂ ਪਾਸਪੋਰਟ ਸਾਈਜ਼ ਦੀ ਇੱਕ ਤਾਂ ਪਰਫਾਰਮੇ ਚ ਸਪੇਸਟ ਕਰ ਦਿਓ ਇੱਕ ਨਾਲ ਸਟੈਪਲਰ ਨਾਲ ਅਟੈਚ ਕਰ ਦਿਓ ਠੀਕ ਹੈ ਜੀ ਤੇ ਸਾਰੇ ਜਿਹੜੇ ਸਰਟੀਫਿਕੇਟਸ ਨੇ ਉਹ ਆਪਦੇ ਸੈਲਫ ਟੈਸਟ ਕਰ ਦਿਓ ਸਵੈ ਤਸਦੀਕ ਕਰ ਦਿਓ ਠੀਕ ਹੈ ਪੰਨਾ ਨੰਬਰ ਜ਼ਰੂਰ ਲਿਖ ਦਿਓ ਮਤਲਬ ਕਿ ਜਿਹੜਾ ਪਹਿਲਾ ਪੇਜ ਹੈ ਆਪਣਾ ਇਹ ਇਸੇ ਤੋਂ ਹੀ ਪਰਫਾਰਮੇ ਤੋਂ ਹੀ ਮਾਰਕਿੰਗ ਪਰਫਾਰਮੇ ਤੋਂ ਮਾਰਕਿੰਗ ਨਾ ਕਰਿਓ ਇਹ ਪਰਫਾਰਮਾ ਛੱਡ ਕੇ ਜਿੱਥੇ ਸਰਟੀਫਿਕੇਟ ਲਾਉਂਗੇ ਮਾਰਕਿੰਗ ਕਰ ਦਿਓ ਜਿਵੇਂ ਟਾਈਮ ਦਾ ਸਰਟੀਫਿਕੇਟ ਲਗਾਇਆ ਤਾਂ ਇੱਕ ਮਾਰਕਿੰਗ ਠੀਕ ਹੈ ਜੀ ਤਜਰਬੇ ਦੇ ਸਰਟੀਫਿਕੇਟ ਇਸੇ ਤਰ੍ਹਾਂ ਹੀ ਨਾਮ ਲਗਾ ਦਿਓ ਪਹਿਲਾਂ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਤੋਂ ਬਾਅਦ ਤਜਰਬੇ ਵਾਲੀ ਸਰਟੀਫਿਕੇਟ ਠੀਕ ਹੈ ਜੀ 1 ਦਸੰਬਰ ਤੱਕ ਕੁੱਲ ਕਿੰਨਾ ਤਜਰਬਾ ਬੰਦਾ ਜਿੰਨੇ ਵੀ ਜਿਹੜੇ ਡਿਪਾਰਟਮੈਂਟ ਦਾ ਤੁਹਾਡਾ ਤਜਰਬਾ ਸਾਰਾ ਜੋੜ ਕੇ ਇੱਥੇ ਤੁਸੀਂ ਲਿਖਣਾ ਹੈ ਜੇਕਰ ਉਮੀਦਵਾਰ ਕਿਸੇ ਹੋਰ ਉਪਲਬਧੀ ਬਾਰੇ ਮਤਲਬ ਕਿ ਤੁਸੀਂ ਕੋਈ ਹੋਰ ਕੋਈ ਅਚੀਵਮੈਂਟ ਕੀਤੀ ਹੈ ਠੀਕ ਹੈ ਜਰੂਰ ਲਿਖ ਦਿਓ ਇਹ ਛੱਡਿਓ ਨਾ ਬਹੁਤ ਵਧੀਆ ਮੌਕਾ ਕਿਸੇ ਨੇ ਕੋਈ ਅਚੀਵਮੈਂਟ ਕੀਤੀ ਹੁੰਦੀ ਹੈ ਕਿਸੇ ਨੇ ਕੁਝ ਅਚੀਵਮੈਂਟ ਕੀਤੀ ਹੁੰਦੀ ਹੈ ਠੀਕ ਹੈ ਉਹ ਲਿਖ ਦਿਓ ਤੁਸੀਂ ਕਿ ਕੋਈ ਨੈਸ਼ਨਲ ਅਵਾਰਡ ਲਿੱਤਾ ਜਾਂ ਕੋਈ ਸਟੇਟ ਅਵਾਰਡ ਕੁਝ ਵੀ ਲਿੱਤਾ ਲਿਖ ਦਿਓ ਠੀਕ ਹੈ ਇਹਦੇ ਨਾਲ ਪਰਫਾਰਮੈਂਸ ਜਿਹੜੀ ਵਧੀਆ ਸ਼ੋ ਹੁੰਦੀ ਹੈ ਬਾਕੀ ਆ ਸਾਰਾ ਕੁਝ ਲਿਖਿਆ ਵੀ ਵਿਦਿਅਕ ਯੋਗਤਾ ਦੇ ਪੰਜਾਬੀ ਸਰਟੀਫਿਕੇਟ ਨਾਲ ਤਜਰਬੇ ਜਿਹੜੇ ਨੇਗੇ ਉਹ ਮੈਂ ਕਰ ਦਿੱਤਾ ਹੈਗਾ ਸਿਲੈਕਸ਼ਨ ਪੇਜ ਉੱਤੇ ਕੋਈ ਤੀ ਪਾਉਣ ਦੇ ਮੈਂ ਉਸ ਦਾ ਜ਼ਿੰਮੇਵਾਰ ਹੋਵਾਂਗਾ ਹਾਂ ਇਸ ਲਈ ਜਿਹੜੀ ਤੁਸੀਂ ਆਪਦੇ ਸਰਟੀਫਿਕੇਟ ਕੋਈ ਵੀ ਮਿਸ ਨਾ ਕਰਿਓ ਸਾਰੇ ਲਾ ਦਿਓ ਕੁੱਲ ਕਿੰਨੇ ਪੰਨੇ ਨੇ ਉਹ ਨਾਲ ਇੱਥੇ ਜ਼ਰੂਰ ਲਿਖਨੇ ਇੱਥੇ ਸਾਈਨ ਹੋਗੇ ਜੀ ਤੁਹਾਡੇ ਬਸ ਆਹੀ ਚੀਜ਼ ਹੈ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਜਦੋਂ ਕੋਈ ਵੀ ਇਨਫੋਰਮੇਸ਼ਨ ਇਹ ਜੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਜੀ ਹੋਰ ਜਿਹੜੀਆਂ ਵੀਡੀਓਜ਼ ਨੇ ਅੰਡਰ ਸਕਰੀਨ 'ਚ ਸ਼ੋ ਹੋ ਰਹੀਆਂ ਨੇ ਇਹਨਾਂ ਨੂੰ ਦੇਖੋ ਕੋਈ ਪੋਸਟ ਉੱਪਰ ਲਾਈਕ ਕਰ ਸਕਦੇ ਹੋ ਕਰੋ ਉੱਪਰ ਸੁਜੈਸਟਿਡ ਵੀਡੀਓਜ਼ 'ਚ ਦੇਖ ਲਓ ਜਾਂ ਚੈਨਲ ਨੂੰ ਵਿਜ਼ਿਟ ਕਰੋ ਚੈਨਲ ਤੇ ਕਈ ਪੋਸਟਰਸ ਪਈਆਂ ਨੇ ਆਪਣੀਆਂ ਪੀਐਸਟੀਸੀਐਲ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਬਿਜਲੀ ਬੋਰਡ 'ਚ ਉਹ ਭਰ ਦਿਓ ਐਂਟੀਟੀ ਦੀਆਂ ਆਈਆਂ ਹੋਈਆਂ ਨੇ ਉਹ ਭਰ ਦਿਓ ਇਸੇ ਨਾਲ ਦੀ ਭਰਤੀ ਆਈ ਹੈ ਜਿਹੜੀ ਅਮ੍ਰਿਤਸ ਠੀਕ ਹੈ ਜੀ ਚੈੱਕ ਕਰੋ ਪੋਸਟਾਂ ਸਾਰੀਆਂ نیچے ਡਿਸਕ੍ਰਿਪਸ਼ਨ ਚ ਗਰੁੱਪਸ ਦੇ ਲਿੰਕ ਦਿੱਤੇ ਆ WhatsApp ਗਰੁੱਪਸ ਦੇ ਉੱਥੋਂ ਉਹਨਾਂ ਨੂੰ ਗਰੁੱਪਸ ਨੂੰ ਜੁਆਇਨ ਕਰ ਲਓ Telegram ਚੈਨਲ ਦਾ ਵੀ ਲਿੰਕ ਦਿੱਤਾ ਹੈ Telegram ਨੂੰ ਚੈਨਲ ਨੂੰ ਵੀ ਜੁਆਇਨ ਕਰ ਲਓ ਠੀਕ ਹੈ ਤਾਂ ਕਿ ਜਦੋਂ ਕੋਈ ਵੀ ਇਨਫੋਰਮੇਸ਼ਨ ਆਵੇ ਜਾਂ ਕੋਈ PDF ਵਗੈਰਾ ਆਵੇ ਤਾਂ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਟੈਗ ਗੁਰੂ ਨਾ ਦਾ ਚੈਨਲ ਵੀ ਸਬਸਕ੍ਰਾਈਬ ਕਰਕੇ ਰੱਖੋ ਜਿਵੇਂ ਹੁਣ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਇਸ ਕੈਲਕੂਲੇਟ ਕਿਵੇਂ ਕਰਨੀ ਹੈ ਕਈਆਂ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਜਿਹੀਆਂ ਚੀਜ਼ਾਂ ਆਪਾਂ ਆਪਣੇ ਚੈਨਲ ਤੇ ਟੈਗ ਗੁਰੂ ਨਾ ਦੇ ਚੈਨਲ ਤੇ ਪਾ ਦਿਆ ਕਰਾਂਗੇ ਪਰ ਕਮੈਂਟ ਜਰੂਰ ਕਰੋ ਕਮੈਂਟ ਨਹੀਂ ਕਰੋਗੇ ਤਾਂ ਪਤਾ ਨਹੀਂ ਲੱਗਦਾ ਠੀਕ ਹੈ ਜੀ ਮਿਲਦੇ ਆ ਜਲਦ ਹੀ ਹੋਰ ਵਧੀਆ ਜਿਹੇ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਿਡ